ਸੋਤੇ ਜੋ ਕੁਝ ਇੰਡੀਆ 'ਚ ਵਾਪਰ ਰਿਹਾ ਆ ਉਹ ਤੋਂ ਪੂਰੀ ਦੁਨੀਆ ਜਿਹੜੀ ਆ ਬਹੁਤ ਜ਼ਿਆਦਾ ਇਸ ਟਾਈਮ ਦੇ ਉੱਤੇ ਫਿਕਰਮੰਦ ਹੈਗੀ ਆ। ਕਾਰਨ ਕੀ ਆ ਵੀ ਜੇ 920 ਮਿਲੀਅਨ ਅਡਲਟ ਇੰਡੀਆ ਦੇ ਵਿੱਚ ਰਹਿੰਦੇ ਆ ਤੇ ਸਿਰਫ 10,000 ਲੋਕਾਂ ਦੀ ਜਿਹੜੀ ਇਨਕਮ ਆ 480 ਮਿਲੀਅਨ ਰੁਪਈਏ ਹੋਵੇ, ਸਿਰਫ 10,000 ਦੀ, ਤੇ ਐਵਰੇਜ ਇੱਕ ਬੰਦੇ ਦੀ ਇਨਕਮ $2,800 ਹੋਵੇ US ਦੀ, ਤੁਸੀਂ ਦੇਖ ਲਓ 2.5 ਲੱਖ ਰੁਪਈਆ ਬਣਦਾ ਕਿੰਨਾ, 3 ਕੁ ਲੱਖ। ਤੇ ਫੇਰ ਜਿਹੜਾ ਆ ਉਹ ਕਹਿੰਦੇ ਵੀ ਇਸ ਰਾਜ ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਹੋਣਾ ਦੇ ਰਾਜ ਦੇ ਵਿੱਚ ਤੇ ਜਦੋਂ ਇੰਗਲੈਂਡ ਵਾਲੇ ਗੋਰੇ ਉੱਥੇ ਰਾਜ ਕਰਦੇ ਸੀ ਕੋਈ ਫਰਕ ਨਹੀਂ ਲੱਗਦਾ, ਵੀ ਉੱਥੇ ਅਮੀਰਾਂ ਦਾ ਹੀ ਜਿਹੜਾ ਰਾਜ ਆ ਉਹ ਚੱਲ ਰਿਹਾ ਹੈਗਾ। ਅੱਜ ਬਲੂਮਸਵਰਗ ਦੀ ਬਿਜ਼ਨਸ ਸਟੈਂਡਰਡ ਰਿਪੋਰਟ, ਉਹਨਾਂ ਨੇ ਅੰਡਰ ਦੀ ਹੈਡਿੰਗ ਬਿਲੀਨੀਅਰ ਰਾਜ ਇਜ਼ ਪੁਸ਼ਿੰਗ ਇੰਡੀਆ ਟਵਰਡਸ ਆਟੋਕ੍ਰੈਸੀ, ਕਹਿੰਦੇ ਵੀ ਇੰਡੀਆ ਦੇ ਵਿੱਚ ਤਾਂ ਆਟੋਕ੍ਰੈਟਿਕ ਰੂਲ ਹੋਣ ਜਾ ਰਿਹਾ ਆ, ਬਲਕਿ ਹੋਣ ਨਹੀਂ ਜਾ ਰਿਹਾ, ਕਹਿੰਦੇ ਵੀ ਪਿਛਲੇ 8 ਸਾਲਾਂ ਤੋਂ ਇਹੀ ਕੁਝ ਜਿਹੜਾ ਲੱਗ ਰਿਹਾ ਹੈਗਾ। ਵਰਲਡ ਇਨ ਇਕੁਐਲਿਟੀ ਲੈਬ ਇਹਨਾਂ ਨੇ ਜਿਹੜਾ ਆ ਪੂਰਾ ਡਾਟਾ ਪਬਲਿਸ਼ ਕੀਤਾ ਆ ਵੀ ਕਿਸ ਤਰ੍ਹਾਂ ਜਿਹੜਾ ਇੰਡੀਆ ਹੈਗਾ ਆ ਉਹਦੇ ਵਿੱਚ ਗਰੀਬ ਤੇ ਅਮੀਰ ਦਾ ਬਹੁਤ ਵੱਡਾ ਜਿਹੜਾ ਪਾੜਾ ਹੁੰਦਾ ਜਾ ਰਿਹਾ, ਜਿਸ ਤਰ੍ਹਾਂ US, ਬ੍ਰਾਜ਼ੀਲ, ਸਾਊਥ ਅਫਰੀਕਾ ਦੇਖ ਲਓ। ਉਹ ਤੋਂ ਬਾਅਦ ਤੁਸੀਂ ਇੰਡੀਆ ਦੇ ਵਿੱਚ ਦੇਖੋ ਵੀ ਐਵਰੇਜ ਜਿਹੜੀ ਆ $2,800, ਮੈਂ ਤੁਹਾਨੂੰ ਦੱਸਿਆ ਵੀ ਇਨਕਮ ਆ, ਤੇ ਸਿਰਫ 10,000 ਲੋਕਾਂ ਦੇ ਕੋਲ ਮਿਲੀਅਨਸ ਆਫ ਡਾਲਰ ਜਿਹੜੇ ਹੈਗੇ ਆ। ਕਹਿੰਦੇ ਵੀ ਬ੍ਰਿਟਿਸ਼ ਰਾਜ ਦੇ ਦੌਰਾਨ ਕਲੋਨੀਅਲ ਫੋਰਸ ਜਦੋਂ ਰੂਲ ਕਰਦੀਆਂ ਸੀਆਂ ਉਹ ਵੀ ਇੱਦਾਂ ਕਿ ਨੰਬਰ ਸੀਗਾ ਉਸ ਟਾਈਮ ਦੇ ਉੱਤੇ, ਜਿਸ ਟਾਈਮ ਹੁਣ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣੀ ਰਾਜ ਕਰ ਰਹੇ ਹੈਗੇ ਆ। ਇਹ ਐਕਚੁਅਲੀ ਤਾਂ ਕਹਿੰਦੇ 1980 ਤੋਂ ਹੀ ਇਹ ਜਿਹੜਾ ਵਾਪਰਨਾ ਸ਼ੁਰੂ ਹੋ ਗਿਆ ਸੀ, ਪਰ ਪਿਛਲੇ 8 ਸਾਲਾਂ ਦੇ ਵਿੱਚ ਇਹ ਬਹੁਤ ਕੁਝ ਵਾਪਰ ਰਿਹਾ ਹੈਗਾ। ਜਿਸ ਮੁਲਕ ਦੇ ਵਿੱਚ ਮਿਲੀਅਨਸ ਆਫ ਲੋਕ ਜਿਹੜੇ ਆ ਉਹ ਆਟਾ ਦਾਲ ਸਕੀਮ ਦੇ ਉੱਤੇ ਜੀਂਦੇ ਹੋਣ, 800 ਮਿਲੀਅਨ, 800 ਮਿਲੀਅਨ ਇੰਡੀਅਨਸ ਹੁਣ ਮੰਥਲੀ ਰਾਸ਼ਨ ਔਰ ਫਰੀ ਫੂਡ ਦੇ ਉੱਤੇ ਆ, ਤੇ ਜਿਹਦੇ ਵਿੱਚੋਂ 14% ਮੁਸਲਮਾਨਾਂ ਦੀ ਪਾਪੂਲੇਸ਼ਨ ਨੂੰ ਰੋਜ਼ ਜਿਹੜਾ ਭੰਡਿਆ ਜਾਵੇ, ਬਿਗਟਰੀ ਟਾਰਗੇਟ ਕੀਤੀ ਜਾਵੇ, 2% ਸਿੱਖਾਂ ਨੂੰ ਟਾਰਗੇਟ ਕੀਤਾ ਜਾਵੇ, ਬਹੁਤ ਹੀ ਥੋੜੇ ਜਿਹੜੇ ਕ੍ਰਿਸਚੀਅਨ ਆ ਉਹਨਾਂ ਨੂੰ ਟਾਰਗੇਟ ਕੀਤਾ ਜਾਵੇ, ਤੇ ਉਹ ਮੁਲਕ ਅਲਟੀਮੇਟਲੀ ਜਿਹੜਾ ਆ ਆਟੋਕ੍ਰੈਟਿਕ ਬਣਨ ਜਾ ਰਿਹਾ ਹੈਗਾ ਜੀ। ਸੋ ਤਾਨਾਸ਼ਾਹੀ ਵੱਲ ਨੂੰ ਤੇਜ਼ੀ ਦੇ ਨਾਲ ਵੱਧ ਰਿਹਾ ਆ, ਅਮੀਰਾਂ ਦੇ ਹੱਥੇ ਚੜੇ ਹੋਏ ਆ, ਅਮੀਰਾਂ ਦੀ ਪੁੱਛਗਿੱਛ ਆ, ਉਹਨਾਂ ਦੇ ਹਿਸਾਬ ਦੇ ਨਾਲ ਕਾਨੂੰਨ, ਉਹਨਾਂ ਦੇ ਹਿਸਾਬ ਦੇ ਨਾਲ ਤਬਦੀਲੀਆਂ ਉਹ ਉੱਥੇ ਹੋ ਰਹੀਆਂ ਨੇ। ਸੋ ਬਿਲੀਅਨੇਅਰ ਰਾਜ ਕਰਕੇ ਇਹ ਇੱਕ ਓਪੀਨੀਅਨ ਆਰਟੀਕਲ ਐਂਡੀ ਮੁਖਰਜੀ ਜਿਹੜਾ ਕੋਲਮਿਸਟ ਆ ਉਸ ਨੇ ਬਲੂਮਬਰਗ ਦੇ ਵਿੱਚ ਲਿਖਿਆ ਆ ਵੀ ਜਿਹੜਾ ਬਿਲੀਅਨੇਅਰ ਰਾਜ ਆ ਉਹ ਭਾਰਤ ਨੂੰ ਆਟੋਕ੍ਰੇਸੀ, ਤਾਨਾਸ਼ਾਹੀ ਵੱਲ, ਏਕਤੰਤਰ ਵੱਲ ਨੂੰ ਜਿਹੜਾ ਉਹ ਘੱਲ ਰਿਹਾ ਹੈਗਾ ਆ। ਮੋਦੀ ਹੁਣਾਂ ਦੇ ਰਾਜ ਦੇ ਵਿੱਚ ਕਹਿੰਦੇ ਵੀ ਇਹ ਅਮੀਰ ਲੋਕਾਂ ਨੂੰ ਉਹ ਬਹੁਤ ਹੀ ਜ਼ਿਆਦਾ ਹਮਦਰਦੀ ਦੇ ਨਾਲ ਅਤੇ ਖੁੱਲ੍ਹੇ ਦਿਲ ਦੇ ਨਾਲ ਉਹ ਮਿਲੇ ਨੇ। ਉਹ ਕਹਿੰਦੇ ਵੀ ਟੌਪ ਆਫ ਦਾ ਪਿਰਾਮਿਡ ਦੇ ਵਿੱਚ ਉਹਨਾਂ ਨੇ ਜਿਹੜਾ ਦੇਖਿਆ ਵੀ ਉਹਨਾਂ ਸਾਰਿਆਂ ਦੀਆਂ ਇਨਕਮ ਆ ਉਹ ਦੂਣੀਆਂ ਤੀਣੀਆਂ ਹੋ ਗਈਆਂ, ਇਹ ਬਾਕੀਆਂ ਦੇ ਮੁਕਾਬਲੇ 4 ਗੁਣਾ ਵੱਧ ਉਹਨਾਂ ਦੀ ਇਨਕਮ ਆ ਉਸ ਦੇ ਵਿੱਚ ਵਾਧਾ ਹੋਇਆ ਆ। ਅਤੇ ਦੂਜੇ ਪਾਸੇ ਥੋੜ੍ਹੇ ਦਿਨ ਪਹਿਲਾਂ ਅੰਬਾਨੀਆਂ ਦੇ ਵਿਆਹ ਨੂੰ ਲੈ ਕੇ ਨਿਊਯਾਰਕ ਟਾਈਮਸ ਨੇ ਇੱਕ ਵੱਡਾ ਆਰਟੀਕਲ ਲਿਖਿਆ ਸੀ ਵੀ ਕਿਸ ਤਰੀਕੇ ਦੇ ਨਾਲ ਅਮੀਰ ਗਰੀਬ ਦੇ ਪਾੜੇ ਨੂੰ ਉਸਨੇ ਵਧਾ ਕੇ ਜਿਹੜਾ ਉਹ ਦਿਖਾਇਆ ਆ ਵੀ ਉੱਥੋਂ ਇਹ ਸਾਫ਼ ਪਤਾ ਲੱਗਦਾ ਆ। ਇਹਦੇ ਵਿੱਚ ਤਾਂ ਹੁਣ ਕੋਈ 2 ਰਾਹਾਂ ਹੀ ਨਹੀਂ ਵੀ ਮੋਦੀ ਹੁਣਾਂ ਨੇ ਇੱਕ ਬਾਰਡਰ ਦੇ ਨਜ਼ਦੀਕ ਅਜਿਹੇ ਏਅਰਪੋਰਟ ਨੂੰ ਅੰਤਰਰਾਸ਼ਟਰੀ ਏਅਰਪੋਰਟ ਕੁਛ ਹੀ ਦਿਨਾਂ ਦੇ ਵਿੱਚ ਬਣਾ ਦਿੱਤਾ, ਸਾਰੀਆਂ ਮਿਨਿਸਟਰੀਆਂ ਤੋਂ ਮਨਜ਼ੂਰੀ ਮਿਲਾ ਕੇ ਉਸ ਏਅਰਪੋਰਟ ਨੂੰ ਇਸ ਲਈ ਅੰਤਰਰਾਸ਼ਟਰੀ ਬਣਾ ਦਿੱਤਾ ਤਾਂ ਜੋ ਦੁਨੀਆ ਭਰ ਦੇ ਜਿਹੜੇ ਅਮੀਰ ਆ ਉਹਨਾਂ ਨੂੰ ਕਿਤੇ ਜ਼ਿਆਦਾ ਸੜਕ ਦੇ ਉੱਤੇ ਟਰੈਵਲ ਨਾ ਕਰਨਾ ਪਵੇ, ਉਹ ਸਿੱਧਾ ਜਿੱਥੇ ਇਹਨਾਂ ਦਾ ਵਿਆਹ ਸ਼ਾਦੀ ਵਾਲਾ ਪ੍ਰੋਗਰਾਮ ਸੀ ਉੱਥੇ ਜਿਹੜਾ ਉਹ ਪਹੁੰਚਣ। ਦੂਜੇ ਪਾਸੇ ਮੋਦੀ ਹੁਣਾਂ ਨੇ ਲਾਰਜ ਬਿਜ਼ਨਸਿਸ ਉਹਨਾਂ ਨੂੰ ਟੈਕਸ ਕੱਟਸ ਜਿਹੜੇ ਉਹ ਦਿੱਤੇ, ਇੱਥੋਂ ਤੱਕ ਕਿ ਮੋਨੋਪਲੀ ਦਿੱਤੀ ਏਅਰਪੋਰਟਸ ਦੇ ਵਿੱਚ, ਬੰਦਰਗਾਹਾਂ ਦੇ ਵਿੱਚ, ਟੈਲੀਕਮਿਊਨੀਕੇਸ਼ਨ ਦੇ ਵਿੱਚ, ਇਹ ਸਾਰਾ ਕੁਛ ਉਹਨਾਂ ਦਾ ਇਹ ਵਾਪਰਿਆ ਆ। ਬੈਂਕਰਪਟ ਫਰਮਸ ਨੂੰ ਉਹ ਬਾਇਆਊਟ ਕਰਦੇ ਰਹੇ ਅਤੇ ਅੱਗੇ ਤੋਂ ਅੱਗੇ ਇਹ ਆਪਣੇ ਆਪ ਨੂੰ ਜਿਹੜਾ ਉਹ ਪੇਸ਼ ਕਰਦੇ ਰਹੇ। ਇਹ ਵੀ ਆਪਾਂ ਦੇਖਿਆ ਵੀ ਜਿੰਨੇ ਵੀ ਅਮੀਰ ਭਗੌੜੇ ਨੇ ਉਹਨਾਂ ਨੂੰ ਭੱਜਣ ਦੇ ਵਿੱਚ
ਕਹਿਣ ਵਾਲੇ ਤਾਂ ਇਹ ਵੀ ਕਹਿ ਦਿੰਦੇ ਵੀ ਮਦਦ ਸਰਕਾਰ ਦੀ ਆ, ਵੀ ਉਹਨਾਂ ਨੂੰ ਕੁਛ ਨਹੀਂ ਆ ਆਖਿਆ ਜਾਂਦਾ, ਪਰ ਜਿੱਥੇ ਆਮ ਲੋਕ ਨੇ ਉਹਨਾਂ ਦੇ ਘਰਾਂ ਦੇ ਬਲਡੋਜ਼ਰ ਵੀ ਚੱਲ ਜਾਂਦਾ। ਮਣੀਪੁਰ 'ਚ ਜਿੱਥੇ ਹਿੰਸਾ ਚੱਲਦਿਆਂ ਨੂੰ ਇੰਨਾ ਚਿਰ ਜਿਹੜਾ ਹੋ ਗਿਆ, ਉਹਦੇ ਉੱਤੇ ਕੁਛ ਵੀ ਜਿਹੜਾ ਉਹ ਕਰਨ ਦੇ ਵਿੱਚ ਨਾਕਾਮਯਾਬ ਜਿਹੜੇ ਹੋ ਰਹੇ ਆ। ਸੋ ਇਹ ਸਾਰੀਆਂ ਚੀਜ਼ਾਂ ਦੇ ਕਰਕੇ ਇਹ ਜਿਹੜਾ ਬਲੂਮਬਰਗ ਨੇ ਆਰਟੀਕਲ ਅੱਜ ਛਾਪਿਆ ਆ ਵੀ ਬਿਲੀਅਨੇਅਰ ਰਾਜ ਭਾਰਤ ਨੂੰ ਹੁਣ ਤਾਨਾਸ਼ਾਹੀ ਦੇ ਵੱਲ ਧੱਕ ਰਿਹਾ ਹੈ। ਬਲੂਮਬਰਗ ਦੀ ਇਸ ਰਿਪੋਰਟ ਦੇ ਮੁਤਾਬਕ ਮੁਕੇਸ਼ ਅੰਬਾਨੀ, ਗੌਤਮ ਅੰਬਾਨੀ, ਗੌਤਮ ਅਡਾਨੀ ਤੇ ਸੱਜਣ ਜਿੰਦਲ ਵਰਗੇ ਜਿਹੜੇ ਲੋਕ ਆ, ਦੁਨੀਆਂ ਦੇ ਰਿਚੈਸਟ ਬੰਦੇ ਆ, ਅਮੀਰ ਲੋਕ ਆ, ਉਹਨਾਂ ਨੂੰ ਮੋਦੀ ਸਰਕਾਰ ਨੇ ਬਹੁਤ ਸਾਰੇ ਜਿਹੜੇ ਆ ਸਬਸਿਡੀਆਂ ਦਿੱਤੀਆਂ, ਟੈਕਸ ਕੱਟ ਦਿੱਤੇ ਤੇ ਐਸੈਟਸ ਜਿੱਦਾਂ ਏਅਰਪੋਰਟਸ ਤੱਕ ਜਿਹੜੇ ਆ ਉਹਨਾਂ ਨੂੰ ਦਿੱਤੇ, ਉਹਨਾਂ ਨੂੰ ਯੂਸੀ ਡੀਲਸ ਦਿੱਤੀਆਂ, ਬਹੁਤ ਸਾਰੀਆਂ ਜੋ ਛੋਟੀ ਛੋਟੀਆਂ ਫਰਮ ਸੀਗੀਆਂ ਉਹ ਬੈਂਕਰਪਟ ਹੋ ਰਹੀਆਂ, ਉਹ ਉਹਨਾਂ ਨੂੰ ਖਰੀਦਣ ਦੇ ਵਿੱਚ ਜਿਹੜੀ ਆ ਮਦਦ ਕੀਤੀ। ਉਸ ਮੁਲਕ ਦੇ ਵਿੱਚ ਜਿੱਥੇ 800 million ਲੋਕ ਸਿਰਫ ਆਟਾ ਦਾਲ ਸਕੀਮ ਤੇ ਜੀਂਦੇ ਹੋਣ ਤੇ ਸੁਪਨਾ ਜਿਹੜਾ ਮੁਲਕ ਦੇ ਲੀਡਰ ਇਹ ਲੋਕਾਂ ਨੂੰ ਦਿਖਾਲਦੇ ਹੋਣ ਵੀ ਅਸੀਂ ਸੁਪਰ ਪਾਵਰ ਬਣ ਜਾ ਰਹੇ ਹਾਂ, ਤੇ ਪੰਜਾਂ ਵਿੱਚੋਂ 2 ਜਿਹੜੇ ਕਾਲਜ ਗ੍ਰੈਜੂਏਟ ਆ ਉਹ ਕੰਮ ਤੋਂ ਬਾਹਰ, ਹੁਣ ਉਹਨਾਂ ਕੋਲ ਕਿਸੇ ਤਰ੍ਹਾਂ ਦਾ ਕੰਮ ਹੀ ਨਹੀਂ ਹੈਗਾ। ਇੰਡੀਆ ਦਾ ਇੰਪਲਾਇਮੈਂਟ ਕ੍ਰਾਈਸਿਸ ਇਜ਼ ਅਕਿਊਟ, ਇਹ ਬਲੂਮਬਰਗ ਦੀ ਰਿਪੋਰਟ ਆ ਇਹ ਜੋ ਅੱਜ ਉਹਨਾਂ ਨੇ ਛਾਪੀ ਹੈਗੀ ਆ। ਕਹਿੰਦੇ ਵੀ ਈਵਨ ਆਰਮੀ ਦੇ ਵਿੱਚ ਜਿਹੜੀ ਰਿਕਰੂਟਮੈਂਟ ਆ ਉਹ ਸਿਰਫ 4 ਸਾਲ ਲਈ ਕਰਤੀ ਤੇ 4 ਸਾਲਾਂ ਤੋਂ ਬਾਅਦ ਆ ਕੇ ਉਹ ਸਕਿਉਰਿਟੀ ਗਾਰਡ ਬਣੂਗੇ, ਹੋਰ ਉਹਨਾਂ ਨੇ ਉੱਥੇ ਜਿਹੜਾ ਕੀ ਕਰਨਾ ਹੈਗਾ ਆ। ਪਹਿਲੀ ਇਲੈਕਸ਼ਨ ਦੇ ਵਿੱਚ ਤੋਂ ਲੈ ਕੇ ਬਾਅਦ ਦੇ ਵਿੱਚ ਹੁਣ ਤੱਕ ਜਿਹੜੇ ਉਹਨਾਂ ਦੀ ਬੀਜੇਪੀ ਦੀ ਸਪੋਰਟ ਆ, ਵੋਟ ਸ਼ੇਅਰ ਆ 40% ਤੱਕ ਪਹੁੰਚ ਗਿਆ ਹੈਗਾ। ਜਿਹੜੇ ਅਮੀਰ ਆ ਉਹਨਾਂ ਨੇ $1.5 billion ਬੀਜੇਪੀ ਨੂੰ ਦਿੱਤਾ ਆ, 58% ਜੋ ਵੀ ਪੋਲੀਟੀਕਲ ਫੰਡਿੰਗ ਹੋਈ ਆ ਉਹਦੇ ਜਿੰਨੇ ਫਿਗਰ ਆਏ ਆ ਉਹਦੇ ਮੁਤਾਬਕ। ਉਹ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੀ ਆ ਵੀ ਉੱਥੇ ਦੀ ਸੁਪਰੀਮ ਕੋਰਟ ਨੇ ਜਿਹੜਾ ਡਿਸੀਜਨ ਦਿੱਤਾ ਸੀ ਵੀ ਹਾਂ ਇਹ ਦੱਸੋ ਜਿਹੜੇ ਬੌਂਡ ਜਿਹੜੇ ਤੁਸੀਂ ਲਏ ਹੈਗੇ ਆ ਲੋਕਾਂ ਨੇ, ਕਿਸ ਤਰ੍ਹਾਂ ਕਿਹੜੀਆਂ ਅਮੀਰ ਕੰਪਨੀਆਂ ਆ ਉਹਨਾਂ ਨੇ ਤੁਹਾਨੂੰ ਜਿਹੜੇ ਆ ਇੰਨਾ ਫੰਡਿੰਗ ਦਿੱਤੀ ਹੈਗੀ ਆ। ਬੀ ਡੈਮ ਇੰਸਟੀਚਿਊਟ ਇੱਕ ਇੰਡੀਪੈਂਡੈਂਟ ਰਿਸਰਚ ਯੂਨਿਟ ਹੈਗਾ ਯੂਨੀਵਰਸਿਟੀ ਆਫ ਗੋਥਨਬਰਗ ਸਵੀਡਨ ਦੇ ਵਿੱਚ, ਉਹਨਾਂ ਨੇ ਇੰਡੀਆ ਨੂੰ 2021 ਚ ਹੀ ਇਲੈਕਟੋਰਲ ਆਟੋਕ੍ਰੈਸੀ ਡਿਕਲੇਅਰ ਕਰ ਦਿੱਤਾ ਸੀ। ਉਹ ਕਹਿੰਦੇ ਵੀ ਲੋਕ ਸੋਚ ਤਾਂ ਰਹੇ ਆ ਵੀ ਹਾਂ ਅਸੀਂ ਵੋਟ ਪਾ ਰਹੇ ਹਾਂ, ਤੇ ਲੋਕ ਉਸ ਤੋਂ ਅੱਗੇ ਨਹੀਂ ਸੋਚ ਰਹੇ ਵੀ ਹਾਂ ਮੋਦੀ ਦੀ ਸਰਕਾਰ ਬਣ ਗਈ ਜਾਂ ਉੱਥੇ ਜਿਹੜੀ ਆ ਡੈਮੋਕ੍ਰੇਸੀ ਬਹੁਤ ਆ, ਪਰ ਉਹ ਇਹ ਨਹੀਂ ਸੋਚ ਰਹੇ ਵੀ ਸਿਰਫ 10,000 ਬੰਦੇ ਜਿਹੜੇ ਪੂਰਾ ਉਸ ਮੁਲਕ ਨੂੰ ਇਸ ਟਾਈਮ ਦੇ ਉੱਤੇ ਖਾ ਰਹੇ ਹੈਗੇ ਆ, ਉਹਨਾਂ ਦੀ ਮਿਲੀਅਨਸ ਆਫ ਡਾਲਰ ਦੇ ਵਿੱਚ ਇਸ ਟਾਈਮ ਦੇ ਉੱਤੇ ਇਨਕਮ ਆ, ਬਾਕੀ ਸਾਰੇ ਜਿਹੜੇ ਆ ਵਿਚਾਰੇ ਗਰੀਬ ਆ ਉਹ ਇੱਦਾਂ ਹੀ ਜੋ ਜਿਹੜੇ ਆ ਅੱਜ ਦੀ ਡੇਟ ਦੇ ਵਿੱਚ ਜੀ ਰਹੇ ਹੈਗੇ ਆ। ਸੋ ਅਮੀਰ ਤੇ ਗਰੀਬ ਦੇ ਵਿੱਚ ਬਹੁਤ ਵੱਡਾ ਜਿਹੜਾ ਉੱਥੇ ਪਾੜਾ ਪੈ ਗਿਆ ਹੈਗਾ ਆ। ਇਹ ਸਾਰੀ ਜਿਹੜੀ ਇੱਕ ਇਨਇਕੁਐਲਿਟੀ ਦੀ ਰਿਪੋਰਟ ਪਿਛਲੇ ਦਿਨਾਂ ਛਾਪੀ ਗਈ ਸੀ ਜਿਸ ਨੂੰ ਲੈ ਕੇ ਬਲੂਮਬਰਗ ਨੇ ਇਹ ਰਿਪੋਰਟ ਛਾਪੀ ਆ। ਨਿਤਿਨ ਕੁਮਾਰ ਭਾਰਤੀ ਹਾਰਵਰਡ ਕੈਨੇਡੀ ਸਕੂਲ ਦੇ ਲੂਕਸ ਚੈਂਸਲ ਤੇ ਪੈਰਿਸ ਸਕੂਲ ਆਫ ਇਕਨੋਮਿਕਸ ਦੇ ਤੇ ਥੋਮਸ ਪਿਕਿਟੀ ਇਹ ਸਾਰਿਆਂ ਨੇ ਰਲ ਕੇ ਜਿਹੜੀ ਇਹ ਰਿਪੋਰਟ ਤਿਆਰ ਕੀਤੀ ਸੀ ਜੀ।